जनता पार्टी लो क्वालिटी नहीं आ रही किसी पार्टी में। तो सरकार है जी उस मौके सरकार कांग्रेस सरकार इन्हें ने बंदे हैं और इन्हें ने शायद तेजे तेने टैग हो चुके मेरे इस समाज में कई नहीं मांग पत्र दिते कई कुछ किया वा पर कोई कार्रवाई मेरे दरखास्त मेरे साथ 20-25,000 दरखास्त होनी है जो इतने डिप्टी साहब पूछे चल सब नहीं चल रही पीया पर ठंडे बस्से पा देंगे हाँ जी दरखास्त कापियां लिया ਨੇ ਲਿਆ ਕੇ ਨਹੀਂ ਆਈ ਉਹ ਤਾਂ ਵਰਸੇ ਬਾਰਾ ਕਰੇ ਦਰਖਾਸਤ ਕਰਕੇ ਜੇ ਹੁਣ ਮੈਂ ਡੀਜੀਪੀ ਸਾਹਿਬ ਨੂੰ ਡੀਪੀ ਸਿਕਿਉਰਿਟੀ ਨੂੰ ਮੁੱਖ ਮੰਤਰੀ ਪੰਜਾਬ ਨੂੰ ਆਈ ਜਿੰਦਰ ਰੇਂਜ ਕੁਆਲਿਟੀ ਨਹੀਂ ਦਰਖਾਸਤ ਪਾਈਆਂ ਹੁਣ ਮੇਰੀ ਕੋਈ ਰੰਜਿਸ਼ ਨਹੀਂ ਆ ਕਿਉਂਕਿ ਅਸੀਂ ਤਾਂ ਲੋਕਾਂ ਸੇਵਾ ਕਰਦੇ ਆ ਮੈਂ ਪੰਜਾਬ ਤੋਂ ਇਲਾਵਾ ਹੋਰ ਵੀ ਸਟੇਟ ਘੁੰਮਦਾ ਬਾਹਰ ਔਰ ਮੈਂ ਹੁਣ ਵੀ ਤੁਹਾਨੂੰ ਦੱਸਦਾ ਪ੍ਰੈਸ ਮਾਧਿਅਮ ਦੱਸਦਾ ਕਿ ਮੈਨੂੰ ਜਾਨੋਂ ਖਤਰਾ ਵਾ ਹੋ ਸਕਦਾ ਹੁਣ ਫਿਰ ਮੈਂ ਤੇ ਗੁਲਾਬ ਅਟੈਕ ਨੂੰ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਤੋਂ ਬਾਅਦ ਗੁਲਾਬ ਅਟੈਕ ਹੋਏ ਮੇਰੇ ਤੇ ਕੁਆਲਿਟੀ ਨਹੀਂ ਆ ਰਹੀ ਸ਼ਰਿਆਮ ਵੀਡੀਓ ਜੀ ਮੇਰੇ ਘਰ ਨੂੰ ਤੇਲ ਪਾਉਣ ਦੀ ਵੀਡੀਓ ਤਿੰਨ ਬੰਦੇ ਪਾ ਰਹੇ ਵੀਡੀਓ ਸਾਰਾ ਪੂਰਾ ਮਹੱਲਾ ਗਵਾ ਪਰ ਪੁਲਿਸ ਪ੍ਰਸ਼ਾਸਨ ਨੇ ਅੱਜ ਤੱਕ ਕੋਈ ਉਹਦੀ ਕਾਰਵਾਈ ਨਹੀਂ ਕੀਤੀ ਹੈ ਜੀ ਮੈਂ ਪਾਰਟੀ ਪ੍ਰਧਾਨ ਹਾਂ ਜੀ ਸਤੀਸ਼ ਕੁਮਾਰ ਨਾਹਰ ਪਾਰਟੀ ਪ੍ਰਧਾਨ ਭਾਰਤੀ ਆਮ ਜਨਤਾ ਪਾਰਟੀ ਕੁਆਲਿਟੀ ਨਹੀਂ ਆ ਰਹੀ ਇਸ ਸਬੰਧ ਵਿੱਚ ਮੇਰੇ ਪਾਰਟੀ ਵੀਰ ਮੈਂ ਤਾਂ ਨਹੀਂ ਮੰਨਦਾ ਚਲੋ ਮੇਰੇ ਪਾਰਟੀ ਦੇ ਵਰਕਰ ਆ ਮੇਜਰ ਮੈਂ ਉਹਦੇ ਦਾਰ ਪੰਜਾਬ ਦੇ ਜਾਂ ਨੈਸ਼ਨਲ ਲੈਵਲ ਦੇ ਉਹ ਕਹਿੰਦੇ ਜੀ ਆਪਾਂ ਜੀ ਸਾਨੂੰ ਮਿਲ ਕੇ ਦੱਸੀਏ ਸਹੀ ਕਿ ਤੁਹਾਡੇ ਹੇਠਲੀ ਪੁਲਿਸ ਕਪੂਰਸਰਾ ਪੁਲਿਸ ਬਿਲਕੁਲ ਨਕੰਮੀ ਆ ਕੋਈ ਇੱਕ ਪੈਸੇ ਦਾ ਕੰਮ ਨਹੀਂ ਕਰ ਰਹੀ ਕਿਸੇ ਦਾ ਵੀ ਇਸ ਵਾਰੇ ਆਈ ਸਾਨੂੰ ਮੰਗੋ ਦਿੱਤਾ ਵਾ ਉੱਥੇ ਕਪੂਰਸਰਾ ਸਿਟੀ ਦੇ ਲੱਗੇ ਆ ਕੋਈ ਖਾਕ ਸਾਹਿਬ ਕੋਈ ਬਿਠ ਜੀਗੇ ਪਰ ਆਈ ਸਾਨੂੰ ਵਿਸ਼ਵਾਸ ਦਵਾਇਆ ਵਾ ਕਿ ਨਵੇਂ ਆਏ ਐਸ ਐਸ ਪੀ ਸਾਹਿਬ ਆ ਅਸੀਂ ਪੂਰੀ ਪੈਰਵੀ ਕਰਕੇ ਜੋ ਸਟਾਈ ਪੂਰੀ ਕਰਾਂਗੇ ਇਸ ਸੰਬੰਧ ਵਿੱਚ ਅਸੀਂ ਇਹੀ ਮੰਗ ਪ੍ਰਸ਼ਾਸਨ ਨੂੰ ਕੀਤੀ ਆਈ ਜੀ ਸਾਹਿਬ ਨੂੰ ਕੀਤੀ ਆ ਵੀ ਇਹਨਾਂ ਦੀ ਜਾਨ ਨੂੰ ਖਤਰਾ ਹੈ जो नुकसान ना कोई हो प्रेस कॉन्फ्रेंस कर ਸਾਡੀ ਪਾਰਟੀ ਤਾਂ ਕਾਫੀ ਸਮੇਂ ਤੋਂ ਹੋਂਦ ਵਿੱਚ ਹੈ ਤਕਰੀਬਨ ਜ਼ਿਆਦਾਤਰ ਇੱਕ ਡੇਢ ਸਾਲ ਹੋ ਗਿਆ ਪਾਰਟੀ ਜ਼ਿਆਦਾ ਹੋਂਦ ਵਿੱਚ ਆਈ ਕੁਆਲਿਟੀ ਨਹੀਂ ਆ ਰਹੀ ਸਭ ਦੇ ਹਮ ਤੇ ਹਾਂ ਠੀਕ ਹੈ ਪਹਿਲਾ ਜੈਪਿੰਗ ਜੈਪਰ ਅਲ ਕਮੀ ਸਿੰਘ ਰਾਜਤਾਨ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਪਾਰਟੀ ਆਮ ਜਨਤਾ ਪਾਰਟੀ ਅੱਜ ਅਸੀਂ ਕਾਨਫਰੰਸ ਕੀਤੀ ਇਸ ਮੁੱਦੇ ਤੇ ਕਿ ਕੁਆਲਿਟੀ ਨਹੀਂ ਆ ਰਹੀ ਕਾਫੀ ਸਮੇਂ ਤੋਂ ਸਾਡੇ ਰਾਸ਼ਟਰੀ ਪ੍ਰਧਾਨ ਸਤੀਸ਼ ਕੁਮਾਰ ਨਾਹਰ ਜੀ ਉਹਨਾਂ ਤੇ ਕਾਫੀ ਸਮੇਂ ਤੋਂ ਅਟੈਕ ਹੋ ਰਿਹਾ ਔਰ ਜੇ ਕਿਤੇ ਬਾਹਰ ਜਾਂਦੇ ਆ ਜਾਂ ਕਪੂਰਥਲੇ ਦੇ ਵਿੱਚ ਜਾਂਦੇ ਜਾਂ ਹੋਰ ਸਟੇਟ ਦੇ ਵਿੱਚ ਵੀ ਜਾਂਦੇ ਆ ਤਾਂ ਇਹਨਾਂ ਦਾ ਮੁੱਦਾ ਕੀ ਇਹਨਾਂ ਦਾ ਮਿਸ਼ਨ ਕੀ ਹੈ ਕਿ ਗਰੀਬ ਲੋਕਾਂ ਦੀ ਮਦਦ ਕਰਨੀ ਤੇ ਕਾਫੀ ਲੋਕ ਇੱਦਾਂ ਦੇ ਹੈਗੇ ਆ ਜਿਨ੍ਹਾਂ ਨੂੰ ਇਹ ਗੱਲ ਠੀਕ ਨਹੀਂ ਲੱਗਦੀ ਸੋ ਇਸ ਕਰਕੇ ਅਸੀਂ ਮੰਨਦੇ ਹਾਂ ਕਿ ਇਸੇ ਕਰਕੇ ਹੀ ਇਹਨਾਂ ਦੇ ਅਟੈਕ ਹੋਏ ਆ ਇਹਨਾਂ ਦੇ ਸਾਡੇ ਰਾਸ਼ਟਰੀ ਪ੍ਰਧਾਨ ਤੇ ਘਰ ਦੇ ਉੱਤੇ ਤੇਲ ਪਾ ਕੇ ਸਾੜਨ ਦੀ ਵੀ ਕੋਸ਼ਿਸ਼ ਕੀਤੀ ਆ ਆਫਿਸ ਦੇ ਵਿੱਚ ਆ ਕੇ ਧੱਕੇ ਸ਼ਾਹੀ ਵੀ ਕੀਤੀ ਆ ਧੱਕਾ ਮੁੱਕੀ ਵੀ ਕੀਤੀ ਆ ਉਸ ਤੋਂ ਬਾਅਦ ਫਿਰ ਅਸੀਂ ਕਪੂਰਥਲਾ ਐਸ ਐਸ ਪੀ ਨੂੰ ਐਪਲੀਕੇਸ਼ਨ ਵੀ ਦਿੱਤੀ ਆ ਮੰਗ ਪੱਤਰ ਵੀ ਦਿੱਤਾ ਤੇ ਅੱਜ ਤਾਈਂ ਕੋਈ ਵੀ ਕਾਰਵਾਈ ਨਹੀਂ ਹੋਈ ਸਾਨੂੰ ਇਸ ਚੀਜ਼ ਦਾ ਖਤਰਾ ਹੈ ਸਾਨੂੰ ਇਸ ਚੀਜ਼ ਦਾ ਖਤਰਾ ਹੈ ਹੁਣ ਕੁਆਲਿਟੀ ਨਹੀਂ ਆ ਰਹੀ ਕਿ ਸਾਡੇ ਰਾਸ਼ਟਰੀ ਪ੍ਰਧਾਨ ਅਸੀਂ ਵੀ ਨਾਲ ਹੀ ਹੁੰਨੇ ਆ ਔਰ ਬਾਹਰ ਦੂਜੀਆਂ ਸੀਟਾਂ ਤੇ ਕੰਮ ਕਰਨ ਜਾਂਦੇ ਆ ਤੇ ਇਹਨਾਂ ਦੀ ਜਾਨ ਮਾਲ ਨੂੰ ਖਤਰਾ ਆ ਤੇ ਇਹਨਾਂ ਦਾ ਸਕਿਉਰਿਟੀ ਦਾ ਵੀ ਇੰਤਜ਼ਾਮ ਕੀਤਾ ਜਾਵੇ ਔਰ ਇਹਨਾਂ ਦੇ ਘਰ ਦਾ ਵੀ ਇੰਤਜ਼ਾਮ ਕੀਤਾ ਜਾਵੇ ਉੱਥੇ ਵੀ ਸਕਿਉਰਿਟੀ ਲਾਈ ਜਾਵੇ ਕਿਉਂਕਿ ਜਿਹੜੇ ਸ਼ਰਾਰਤੀ ਅੰਸਰ ਆ ਉਹ ਇਸ ਗੱਲ ਉਹਨਾਂ ਨੂੰ ਨਹੀਂ ਚੰਗੀ ਲੱਗਦੀ ਕਿ ਇਹ ਦਲਿਤ ਸਮਾਜ ਦੇ ਲੋਕਾਂ ਦੀ ਜਾਂ ਗਰੀਬ ਵਰਗ ਦੇ ਲੋਕਾਂ ਦੀ ਮਦਦ ਕਰਦੇ ਆ ਸੋ ਅਸੀਂ ਅੱਜ ਇਸੇ ਵਿਸ਼ੇ ਦੇ ਵਿੱਚ ਆਈ ਜੀ ਸਾਹਿਬ ਨੂੰ ਮਿਲ ਕੇ ਆਏ ਆ ਆਈ ਜੀ ਸਾਹਿਬ ਕੁਆਲਿਟੀ ਨਹੀਂ ਆ ਰਹੀ ਉਹਨਾਂ ਨੇ ਕਪੂਰਥਲੇ ਜੋ ਨਵੇਂ ਐਸ ਐਸ ਪੀ ਸਾਹਿਬ ਆਏ ਉਹਨਾਂ ਨੂੰ ਵੀ ਬੁਲਾਇਆ ਸੀਗਾ ਸੋ ਸਾਨੂੰ ਆਈ ਜੀ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਜੋ ਵੀ ਤੁਸੀਂ ਦਰਖਾਸ਼ਾਂ ਦਿੱਤੀਆਂ ਅਸੀਂ ਉਹਨਾਂ ਤੇ ਪੂਰਾ ਧਿਆਨ ਦੇਵਾਂਗੇ ਜੋ ਬਣਦੀ ਕਾਰਵਾਈ ਕਰਾਂਗੇ ਸਾਨੂੰ ਉਹਨਾਂ ਨੇ ਇਸ ਚੀਜ਼ ਦਾ ਵਿਸ਼ਵਾਸ ਦਵਾਇਆ ਜੈ ਭੀਮ ਜੈ ਭਾਰਤ Thank you.